ਸਤਿ ਸ਼੍ਰੀ ਅਕਾਲ ਜੀ, ਹੌਟ ਨਿਊਜ਼ ਇੰਡੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੌਰਵ। ਦੋਸਤੋ ਤੁਹਾਨੂੰ ਦੱਸ ਦਈਏ, ਇਸ ਟਾਈਮ ਲਾਈਵ ਹੋਇਆ ਡਿਵੀਜ਼ਨ ਨੰਬਰ 6 ਦੇ ਬਾਅਦ। ਦੋਸਤੋ, ਮਾਮਲਾ ਜਿਹੜਾ ਹੈ ਉਹ ਚੋਰੀ ਦਾ ਹੈ। ਇੱਕ ਲੇਡੀਜ਼ ਨੂੰ ਚੋਰੀ ਕਰਦੇ ਫੜਿਆ ਗਿਆ ਇੱਕ ਸਟੋਰ ਦੇ ਅੰਦਰ, ਜਿੱਥੇ ਕਿ ਉਹਨਾਂ ਵੱਲੋਂ ਮੇਕਅਪ ਦੇ ਕੁਝ ਸਮਾਨ ਜਿਹੜਾ ਚੋਰੀ ਕੀਤਾ ਗਿਆ ਸੀਗਾ। ਤੇ ਹੁਣ ਉਸ ਸਟੋਰ ਦੇ ਮਾਲਕ ਵੀ ਸਾਡੇ ਨਾਲ ਹੈ, ਤਾਂ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਹਾਂਜੀ ਸਰ, ਕੀ ਨਾਮ ਹੈ ਜੀ? ਅਨਿਲ ਜੈਨ। ਸਰ, ਕੀ ਪੂਰਾ ਮਾਮਲਾ ਸਰ? ਕੀ ਤੁਹਾਡੇ ਸਟੋਰ ਦਾ ਨਾਮ ਹੈ ਤਾਂ ਮਾਮਲਾ ਕੀ ਹੈ ਜੀ? ਸਾਡੀ ਸ਼ਾਪ ਦਾ ਨਾਮ ਹੈ ਜੈਨਸਨ ਡਿਪਾਰਟਮੈਂਟਲ ਸਟੋਰ ਜੀ। ਇਹ ਲੇਡੀਜ਼ ਆਣ ਕੇ ਕਾਸਮੈਟਿਕ ਦੇਖਦੀ ਰਹੀ ਬੱਚਿਆਂ ਕੋਲੋਂ, ਇਹਨੇ ਘੱਟ ਤੋਂ ਘੱਟ 10-15 ਹਜ਼ਾਰ ਦਾ ਕਾਸਮੈਟਿਕ ਕਢਾ ਲਿਆ ਜੀ। ਤੇ ਜਿਹੜੇ ਕਾਊਂਟਰ ਦੇ ਉੱਤੇ ਟੈਸਟਰ ਪਏ ਸੀ ਉਹ ਵਾਰੀ ਵਾਰੀ ਚੱਕ ਕੇ ਇਹਨੇ 10 ਕੁ ਟੈਸਟਰ ਹੋਣੇ ਆ ਜਿਹੜੇ ਉਹਨੂੰ ਚੱਕ ਕੇ ਜੇਬ ਚ ਪਾ ਲਏ। ਉਸ ਤੋਂ ਬਾਅਦ ਉਹਨੂੰ ਕਹਿੰਦੇ ਇਹਨੂੰ ਰੱਖੋ ਜੀ, ਮੈਂ ਆਈ ਨਾਲ ਦੇ ਪਾਸੇ ਸਮਾਨ ਲੈ ਲਵਾਂ। ਦੂਜੇ ਪਾਸੇ ਗਈ ਆ ਤੇ ਉੱਧਰ ਉਹ ਬੇਟੇ ਨੇ ਇਹਨੂੰ ਨਾਈਟ ਸੂਟ ਦਿਖਾਇਆ ਤੇ ਕਹਿੰਦੀ ਮੈਨੂੰ ਵੱਡਾ ਸਾਈਜ਼ ਚਾਹੀਦਾ। ਉਹ ਵੱਡਾ ਸਾਈਜ਼ ਕੱਢਣ ਗਿਆ ਤੇ ਇਹਨੇ ਉਹ ਨਾਈਟ ਸੂਟ ਚੁੱਕ ਕੇ ਆਪਣੇ ਕੋਟ ਦੇ ਅੰਦਰ ਲੁਕਾ ਕੇ ਤੇ ਆਪ ਅੱਛਾ ਮੈਂ ਆਨੀ ਆ ਜੀ, ਹੁਣ ਨਿਕਲ ਗਈ। ਬੇਟੇ ਨੇ ਦੇਖਿਆ ਵੀ ਨਾਈਟ ਸੂਟ ਸਾਡਾ ਹੈ ਹੀ ਨਹੀਂ ਤੇ ਉਹ ਕਿੱਥੇ ਗਿਆ। ਤੇ ਇਹ ਸਕੂਟਰ ਸਟਾਰਟ ਕਰਕੇ ਦੌੜਨ ਲੱਗੀ ਸੀ, ਉਹਨੇ ਦੌੜ ਕੇ ਤਾਂ ਪਿੱਛੋਂ ਸਕੂਟਰ ਫੜ ਲਿਆ। ਅੱਛਾ ਜੀ। ਤੇ ਕਹਿੰਦੀ ਮੈਂ ਆ ਰਹੀ ਹਾਂ, ਮੈਂ ਪੈਸੇ ਲੈਣ ਜਾ ਰਹੀ ਹਾਂ, ਮੈਂ ਪੈਸੇ ਲੈ ਕੇ ਨਾਈਟ ਸੂਟ ਕਿਉਂ ਨਾਲ ਲੈ ਚੱਲੀ ਹਾਂ। ਫਿਰ ਜਦੋਂ ਇਹਦੀ ਤਲਾਸ਼ੀ ਉਹ ਲਿੱਤੀ ਤਾਂ ਸਕੂਟਰ ਦੀ ਡਿੱਕੀ ਖੋਲੀ ਗਈ, ਡਿੱਕੀ ਚ ਨਾ ਕੁਛ ਹੋਵੇ। ਉਹ ਨਾਲ ਦੀ ਦੁਕਾਨ ਹੈ ਮਾਡਰਨ ਬੁੱਕ ਡਿਪੋ, ਉਹਨਾਂ ਦੀ ਕਿਤਾਬ ਉਹਦੇ ਵਿੱਚੋਂ ਨਿਕਲੀ। ਉਹ ਮੁੰਡੇ ਵੀ ਨਾਲ ਹੀ ਖੜੇ ਸੀ, ਪੈਨਸਲ ਬਾਕਸ ਉਹ ਵੀ ਪਕੜਿਆ ਗਿਆ। ਉਹਨਾਂ ਨੇ ਫਿਰ ਆਪਣੀ ਦੁਕਾਨ ਦੀ ਜੀ ਇੱਕ ਸੈਕਿੰਡ ਇਹਨਾਂ ਦੀ ਦੁਕਾਨ ਹੈ ਜੀ। ਅੱਛਾ ਜੀ, ਆਜੋ ਆਜੋ ਬਾਜੀ। ਉਹ ਇਹਨਾਂ ਨੇ ਆਪਣੇ ਲਾਈਵ ਕੋਈ ਗੱਲ ਨਹੀਂ ਜੀ ਰਿਕਾਰਡਿੰਗ ਕੀਤੀ ਹੋਈ ਸੀ, ਉਹ ਕੱਢ ਕੇ ਪੁਲਿਸ ਅਫਸਰਾਂ ਨੂੰ ਦਿਖਾਈ ਵੀ ਆ, ਦੇਖੋ ਚੋਰੀ ਕਰਦੀ ਪਈ। ਸਰ, ਜਦੋਂ ਇਹਨਾਂ ਇਨਸੀਡੈਂਟ ਹੋਇਆ ਤੁਹਾਨੂੰ ਤੁਹਾਡੇ ਬੇਟੇ ਦੁਆਰਾ ਫੜੇ ਗਏ ਇਹਨਾਂ ਵੱਲੋਂ, ਤੁਹਾਡੇ ਬੇਟੇ ਦੁਆਰਾ? ਬੇਟੇ ਨੇ ਫੜਿਆ ਇਹਨਾਂ ਨੂੰ ਦੌੜ ਕੇ, ਇਹ ਦੌੜ ਚੱਲੀ ਸੀ ਸਕੂਟਰ ਤੇ, ਉਹਨੂੰ ਪਿੱਛੋਂ ਫੜ ਲਿਆ ਜੀ। ਉਹਨੇ ਫੜਿਆ ਨਾਈਟ ਸੂਟ ਖੋਏ ਤੇ ਨਾਲ ਹੀ ਮੈਂ ਉਹਦੇ ਨਾਲ ਪਹੁੰਚ ਗਿਆ ਉਸੇ ਵੇਲੇ। ਪਹਿਲੋਂ ਵੀ ਇਹਨਾਂ ਨੂੰ ਇਦਾਂ ਦੁਕਾਨਾਂ ਤੇ ਆਂਦਾ ਦੇਖਿਆ? ਨਹੀਂ ਦੇਖਿਆ ਨਹੀਂ, ਇਹ ਜਲੰਧਰ ਪਬਲਿਕ ਸਕੂਲ ਦੀ ਪ੍ਰਿੰਸੀਪਲ ਆ ਜੀ। ਅੱਛਾ, ਜਲੰਧਰ ਪਬਲਿਕ ਸਕੂਲ ਦੀ ਪ੍ਰਿੰਸੀਪਲ ਹੈ ਜੀ? ਉਹ ਪ੍ਰਿੰਸੀਪਲ ਹੋਣ ਤੋਂ ਬਾਅਦ ਇੱਥੇ ਪ੍ਰਿੰਸੀਪਲ ਹੀ ਚੋਰੀ ਚਵਾੜੀ ਦੇ ਉੱਤਰ ਆਏ ਤੇ ਕੀ ਗੱਲ, ਬੱਚੇ ਕੀ ਸਿੱਖਣਗੇ? ਬੱਚੇ ਕੀ ਸਿੱਖਣਗੇ ਜੀ 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 ਜੀ। ਤੇ ਹੁਣ ਤੁਹਾਡੇ ਵੱਲੋਂ ਪੁਲਿਸ ਕੰਪਲੇਂਟ ਕੀਤੀ ਗਈ ਹੈ, ਕੀ ਅੱਗੇ ਗੱਲਬਾਤ ਵੱਧ ਰਹੀ ਹੈ ਜੀ? ਉਹਦੇ ਕਰਕੇ ਪ੍ਰਧਾਨ ਜੀ ਨੇ ਇਹੀ ਕਿਹਾ ਵੀ ਲੇਡੀਜ਼ ਹੈਗੀ ਆ, ਚਲੋ ਇਹਨੂੰ ਕੋ ਮਾਫੀਨਾਮਾ ਕਰੇ, ਮੇਰੇ ਕੋ ਗਲਤੀ ਹੋ ਗਈ ਆ, ਲੇਕਿਨ ਉਹ ਕਿਸੇ ਤਰ੍ਹਾਂ ਤਿਆਰ ਹੀ ਨਹੀਂ ਹੁੰਦੀ ਪਈ। ਸਰ, ਇਹਨਾਂ ਵੱਲੋਂ ਕਿਸੇ ਰਾਜਨੀਤਿਕ ਨੇਤਾ ਦਾ ਵੀ ਨਾਂ ਲਿੱਤਾ ਗਿਆ ਸੀਗਾ ਸਟਾਰਟਿੰਗ ਚ? ਨਾਂ ਲਿੱਤਾ ਸੀਗਾ ਤੇ ਉਹਨਾਂ ਨੇ ਜਿਹੜੇ ਪ੍ਰਧਾਨ, ਕਿਵੇਂ ਉਹਨਾਂ ਦੀ ਭੈਣ ਆ, ਮੈਂ ਧੰਨੇ ਲਗਾ ਦੂੰਗੀ, ਉਹ ਕਹਿੰਦੇ ਤੇ ਹੈ ਹੀ ਚੋਰ ਨਹੀਂ ਆ। ਅੱਛਾ ਜੀ, ਹਾਂ ਜੀ। ਤੇ ਹੁਣ ਤੁਹਾਡੇ ਵੱਲੋਂ ਕੀ ਸਟੈਪ ਇਹਨਾਂ ਤੇ ਲਿੱਤਾ ਜਾਏਗਾ ਸਰ? ਉਹ ਪ੍ਰਧਾਨ ਜੀ ਕਹਿੰਦੇ ਜੀ ਲੇਡੀਜ਼ ਹੈਗੀ ਆ ਵੀ ਇਹਨੂੰ ਮਾਫ ਕਰ ਦਿਓ। ਚਲੋ, ਮਾਫ ਕਰ ਦਿੱਤਾ ਜਾਵੇ ਵੀ ਅੱਗੇ ਤੋਂ ਆਪਣੇ ਲਿਖ ਲਓ ਸਾਰਾ ਇਹਦਾ ਘਰ ਦਾ ਐਡਰੈਸ ਜੋ ਉਹ ਲਿਖ ਲਓ ਜੀ, ਲਿਖ ਕੇ ਰੱਖ ਲਓ ਵੀ ਉਦੋਂ ਕਿਤੇ ਇੱਦਾਂ ਦੀ ਸ਼ਿਕਾਇਤ ਕਰੇ ਤੇ ਫਿਰ ਕਾਰਵਾਈ ਕੀਤੀ ਜੀ 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 ਠੀਕ ਹੈ ਸਰ। ਸਰ, ਇਹ ਤੋਂ ਇਲਾਵਾ ਵੀ ਦੱਸਿਆ ਜਾ ਰਿਹਾ ਕਿ ਕਈ ਹੋਰ ਵੀ ਐਸੇ ਸ਼ਾਪਸ ਹੈਗੀਆਂ ਵਾ ਜਿਨ੍ਹਾਂ ਤੇ ਪਹਿਲੋਂ ਵੀ ਜਾ ਕੇ ਇਹਨਾਂ ਵੱਲੋਂ ਚੋਰੀ ਕੀਤੀ ਗਈ ਹੈ, ਤੇ ਉਹਦੀਆਂ ਵੀ ਵੀਡੀਓਜ਼ ਕੁਝ ਸੀਸੀਟੀਵੀ ਹੋਈਆਂ, ਪਰ ਉਹ ਆਏ ਨਹੀਂ ਹੈਗੇ ਦੁਕਾਨ ਦਾ ਜੀ। ਕੋਈ ਕਹਿੰਦਾ ਮੇਰੀ ਸ਼ਾਲ ਚੋਰੀ ਹੋਈ ਦੀ ਹੈ, ਕੋਈ ਕੁਝ ਕਹਿੰਦਾ, ਪਰ ਉਹ ਆਏ ਨਹੀਂ, ਆਪਣੀਆਂ ਦੁਕਾਨਾਂ ਛੱਡ ਕੇ ਨਹੀਂ ਆ ਸਕੇ ਇਕੱਲੇ ਹੋਣ ਦੇ ਕਾਰਨ ਜੀ। ਪਰ ਲੇਕਿਨ ਅੱਛਾ ਨਹੀਂ ਲੱਗਦਾ ਵੀ ਪ੍ਰਿੰਸੀਪਲ ਇਹੋ ਜਿਹਾ ਕੰਮ ਕਰ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡੀ ਫਾਈਨਾਂਸ ਕੰਪਨੀ ਦਾ ਮਾਲਕ ਦਾ ਉਹ ਸਕੂਲ ਆ ਜਿਨ੍ਹਾਂ ਦੇ ਪ੍ਰਿੰਸੀਪਲ ਆ, ਤੇ ਉਸ ਤੋਂ ਬਾਅਦ ਹੁਣ ਤੁਹਾਡੇ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਗਈ ਹੈ, ਤੇ ਤੁਹਾਡੇ ਵੱਲੋਂ ਇਹੀ ਕਹਿਣਾ ਹੈ ਕਿ ਇਹਨਾਂ ਨੂੰ ਆਪਾਂ ਮਾਫੀ ਦੇ ਕੇ ਮਾਫੀਨਾਮਾ ਲਿਖਵਾ ਕੇ ਛੱਡਦੇ ਪਏ ਜੀ? ਸਰ, ਥੈਂਕ ਯੂ ਜੀ। ਸੋ ਦੋਸਤੋ, ਤੁਹਾਨੂੰ ਦੱਸ ਦਈਏ ਕਿ ਜਿਹੜਾ ਮਾਮਲਾ ਹੈ, ਇੱਕ ਪ੍ਰਿੰਸੀਪਲ ਹੋਣ ਦੇ ਬਾਅਦ ਇਸ ਤਰੀਕੇ ਦੀ ਜਿਹੜੀ ਹਰਕਤ ਕਰਨਾ ਬੜੇ ਹੀ ਨਿੰਦਣੀਏ ਹੈ। ਤੁਹਾਨੂੰ ਦੱਸ ਦਈਏ ਕਿ ਇਸ ਏਰੀਏ ਦੇ ਅੰਦਰ ਇੱਕ ਕੋਸਮੈਟਿਕ ਦੀ ਸ਼ੋਪ ਹੈ, ਕੋਸਮੈਟਿਕ ਦੀ ਸ਼ੋਪ ਦੇ ਉੱਤੇ ਜਾ ਕੇ ਇਹਨਾਂ ਵੱਲੋਂ ਜਿਹੜੇ ਟੈਸਟਰ ਚੱਕੇ ਗਏ ਸੀਗੇ ਜੇਬ 'ਚ ਪਾ ਕੇ, ਅਤੇ ਟੈਸਟਰ ਮੌਕੇ 'ਤੇ ਉੱਥੋਂ ਗਾਇਬ ਕਰ ਦਿੱਤੇ ਗਏ। ਫਿਰ ਇੱਕ ਨਾਈਟ ਸੂਟ ਜਿਹੜਾ ਚੱਕਣ ਵੇਲੇ ਇਹਨਾਂ ਨੂੰ ਜਿਹੜਾ ਮਾਲਕ ਹੈ ਉਹਦੇ ਦੁਆਰਾ ਫੜਿਆ ਗਿਆ। ਫੜਨ ਤੋਂ ਬਾਅਦ ਇਹਨਾਂ ਤੇ ਜਿਹੜੀ ਬਣਦੀ ਹੁਣ ਕਾਰਵਾਈ ਕਰਨ ਲਈ ਪੁਲਿਸ ਪ੍ਰਸ਼ਾਸਨ ਉੱਥੇ ਬੁਲਾਈ ਗਈ। ਪ੍ਰਸ਼ਾਸਨ ਦੁਆਰਾ ਇੱਥੇ ਥਾਣੇ 'ਚ ਲਿਆਉਣ ਤੋਂ ਬਾਅਦ ਇੱਕ ਰਾਜਨੇਤਾ ਦਾ ਨਾਂ ਜਿਹੜਾ ਇਹਨਾਂ ਵੱਲੋਂ ਲਿੱਤਾ ਗਿਆ, ਅਤੇ ਉਹ ਰਾਜਨੇਤਾ ਵੱਲੋਂ ਵੀ ਇੰਨੀ ਗੱਲ ਕਹਿਣਾ ਕਿ ਮੇਰੀ ਇਹਨਾਂ ਕੋਈ ਰਿਸ਼ਤੇਦਾਰੀ ਨਹੀਂ ਹੈ, ਮੇਰਾ ਕੁਛ ਨਹੀਂ ਹੈ,
ਤੇ ਤੁਸੀਂ ਆਪਣੀ ਬੰਦ ਦੀ ਕਾਰਵਾਈ ਕਰਵਾਓ। ਦੋਸਤੋ ਤੁਹਾਨੂੰ ਦੱਸ ਦਈਏ ਕਿ ਲੇਡੀਜ਼ ਹੋਣ ਕਰਕੇ ਇਹਨਾਂ ਵੱਲੋਂ ਕੋਈ ਐਸੀ ਕਾਰਵਾਈ ਜਿਹੜੀ ਨਹੀਂ ਕਰਵਾਈ ਜਾ ਰਹੀ। ਸੋ ਮਾਫ਼ੀਨਾਮਾ ਲਿਖਵਾ ਕੇ ਛੱਡਿਆ ਜਾ ਰਿਹਾ। ਤੇ ਹੁਣ ਫਿਲਹਾਲ ਇਹ ਮਾਮਲਾ ਜਿਹੜਾ ਹੈ 6 ਨੰਬਰ ਚੌਂਕੀ ਦੇ ਅੰਦਰ, ਡਿਵੀਜ਼ਨ ਨੰਬਰ 6 ਦੇ ਅੰਦਰ ਦਾ ਹੈ, ਮਾਡਲ ਟਾਊਨ ਦੀ ਇਹ ਘਟਨਾ ਹੈ। ਤੇ ਇਹਨਾਂ ਹੀ ਤਸਵੀਰਾਂ ਦੇ ਨਾਲ ਮੈਨੂੰ ਤੁਸੀਂ ਗੌਰਵ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹੌਟ ਨਿਊਜ਼ ਇੰਡੀਆ ਟੀਵੀ।